ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ ਤੇ ਇਸ ਵੇਲੇ ਲੈ ਕੇ ਹਾਜ਼ਰ ਹਾਂ ਪੰਜਾਬ ਤੋਂ ਇੱਕ ਵੱਡੀ ਖਬਰ ਜੀ ਹਾਂ ਪੰਜਾਬ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਸੀਂ ਜਾਣਦੇ ਹੋਵੋਗੇ ਪੰਜਾਬ ਦੇ ਬਹੁਤ ਮਸ਼ਹੂਰ ਅਦਾਕਾਰਾਂ ਨੇ ਸ਼ਹਿਨਾਜ਼ ਗਿੱਲ ਉਹਨਾਂ ਦੇ ਫਾਦਰ ਨੇ ਸੰਤੋਖ ਸਿੰਘ ਸੁੱਖ ਜੋ ਕਿ ਖਡੂਰ ਸਾਹਿਬ ਤੋਂ ਬੀਜੇਪੀ ਆਗੂ ਵੀ ਨੇ ਬੀਜੇਪੀ ਇੰਚਾਰਜ ਵੀ ਨੇ ਅੱਜ ਉਹ ਸਾਡਾ ਲਾਈਨ 'ਤੇ ਵੀ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ 'ਤੇ हमला किया गया है उन्हां ते गोलियां नाल हमला किया गया फायरिंग हुई है उन्हां दी गड्डी दे उत्ते ये मामला जिहड़ा है कल रात दा दस्या जा रहा है जंडियाले लागे जदों सानूं उस समय ये हमला जिहड़ा है उन्हां ते किया जांदा है जिसकी फोटोग्राफ्स ते कुछ वीडियोज़ साडे सामने आईयां ने इस मामले दे विच पूर्ण तौर ते गल करन लई साडे नाल खुद लाइन ते मौजूद ने संतोख सिंह सुख संतोख जी तुहाडा बहुत बहुत स्वागत है स्काई न्यूज़ पंजाब ते थैंक यू जी ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੰਤੋਖ ਜੀ ਸੁਣਨ 'ਚ ਆਇਆ ਪਤਾ ਲੱਗਿਆ ਕਿ ਤੁਹਾਡੇ ਉੱਤੇ ਹਮਲਾ ਕੀਤਾ ਗਿਆ ਗੋਲੀਆਂ ਚਲਾਈਆਂ ਗਈਆਂ ਤੁਹਾਡੀ ਗੱਡੀ ਦੇ ਉੱਤੇ ਕੀ ਪੂਰਾ ਮਾਮਲਾ ਹੈ ਜ਼ਰਾ ਚਾਨਣਾ ਪਾਓਗੇ ਸਰ ਕੱਲ੍ਹ ਹੈਗਾ ਸੀ ਕ੍ਰਿਸਮਸ ਡੇ ਜੀ ਮੇਰੇ ਕਾਫੀ ਪ੍ਰੋਗਰਾਮ ਸੀ ਮੈਂ ਅੰਮ੍ਰਿਤਸਰ ਤੋਂ ਵਾਪਸ ਬਿਆਸ ਨੂੰ ਆਪਣੇ ਘਰ ਆ ਰਿਹਾ ਸੀ ਜੀ ਚੰਡਿਆਲਾ ਗੁਰੂ ਦੇ ਲਾਗੇ ਉੱਥੇ ਕੋਈ ਜੰਡਿਆਲਾ ਕ੍ਰੋਸ ਕਰਕੇ ਕੋਈ ਦੋ ਨੌਜਵਾਨ ਆਏ ਮੁੰਡੇ ਮੋਟਰਸਾਈਕਲ ਤੇ ਜੀ ਉਹਨਾਂ ਨੇ ਅਸੀਂ ਰੁਕੇ ਸੀ ਥੋੜਾ ਜਿਹਾ ਕੋਈ ਮੁੰਡੇ ਕਹਿ ਰਹੇ ਸੀ ਕਿ ਬਾਥਰੂਮ ਵਗੈਰਾ ਕਰਨਾ ਮੈਂ ਗੱਡੀ ਸਾਈਡ ਤੇ ਲਾਈ ਡਰਾਈਵਿੰਗ ਕਰ ਰਿਹਾ ਸੀ ਆਪ ਗੱਡੀ ਸਾਈਡ ਤੇ ਲਾਈ ਹਾਲੇ ਮੁੰਡੇ ਉਤਰ ਕੇ ਹਾਲੇ ਗੱਡੀ ਚੋਂ ਉਤਰ ਕੇ ਖਲੋਤੇ ਹੀ ਆ ਇਕਦਮ ਲਾਗੇ ਬਾਈਕ ਰੁਕੀ ਸਾਡੇ ਜੀ ਮੇਰੇ ਲਾਗੇ ਕੋ 5 ਮੀਟਰ ਦੀ ਦੂਰੀ ਤੇ ਬਾਈਕ ਰੋਕੀ ਦੋ ਮੁੰਡਿਆਂ ਨੇ ਮੈਂ ਸੋਚਿਆ ਕਿ ਸ਼ਾਇਦ ਕੋਈ ਵਾਕਫ ਹੋਣੇ ਆ ਕੋਈ ਜਾਣਨ ਵਾਲੇ ਹੋਣੇ ਮੇਰੇ ਮੈਂ ਨਾ ਗੱਡੀ ਦਾ ਹਾਲੇ ਸ਼ੀਸ਼ਾ ਹੀ ਖੋਲਣ ਲੱਗਾ ਉਹਨਾਂ ਨੇ ਪਿਛਲੇ ਜਿਹੜਾ ਪਿੱਛੇ ਬੈਠਾ ਸੀ ਲੜਕਾ ਉਹਨੇ ਆਪਣੇ ਪਿਸਟਲ ਕੱਢ ਕੇ ਇਕਦਮ ਗੱਡੀ ਦੇ ਉੱਤੇ ਫਾਇਰਿੰਗ ਸ਼ੁਰੂ ਕਰਤੀ ਮੇਰੇ ਵੱਲ ਨੂੰ ਮੇਰੇ ਨਾਲ ਬਾਉਂਸਰ ਸੀ ਦੋ ਉਹਨੇ ਹਥਿਆਰ ਤੇ ਨਹੀਂ ਸੀ ਸਾਡੇ ਕੋਲ ਕੋਈ ਉਸ ਮੁੰਡੇ ਨੇ ਉੱਥੋਂ ਇੱਟ ਚੁੱਕ ਕੇ ਉਹਨਾਂ ਨਾਲ ਮਾਰੀ ਬਾਅਦ ਚੋਂ ਫਰਾਰ ਹੋ ਗਏ ਉਸ ਵੇਲੇ ਮੋਟਰਸਾਈਕਲ ਭਜਾ ਕੇ ਲੈ ਗਏ ਜੀ ਕੋਈ ਜ਼ਖਮੀ ਹੋਇਆ ਹੋਵੇ ਇਸ ਹਮਲੇ ਦੇ ਵਿੱਚ ਤੁਹਾਡੀ ਆਈ ਗੈਸ ਤੁਸੀਂ ਠੀਕ ਹੋਵੋਗੇ ਤੁਹਾਡੇ ਕੁਝ ਸੱਟਾਂ ਤਾਂ ਨਹੀਂ ਆਈਆਂ ਤੁਹਾਡੇ ਕੁਝ ਜ਼ਖਮੀ ਕੋਈ ਤੁਹਾਡੇ ਸਿਕਿਉਰਿਟੀ ਜਿੱਦਾਂ ਤੁਸੀਂ ਦੱਸਿਆ ਤੁਹਾਡਾ ਨਾਮ ਬਾਉਂਸਰ ਵੀ ਸੀਗਾ ਕੋਈ ਜ਼ਖਮੀ ਹੋਇਆ ਹੋਵੇ ਨਹੀਂ ਬਚਾਅ ਹੋ ਗਿਆ ਬਟ ਜਿਹੜੀਆਂ ਗੋਲੀਆਂ ਲੱਗੀਆਂ ਉਹ ਬਿਲਕੁਲ ਮੇਰੀ ਸੀਟ ਦੇ ਥੱਲੇ ਲੱਗੀਆਂ ਜਿੱਥੇ ਮੈਂ ਬੈਠਾ ਆਇਆ ਸੀ ਓਕੇ ਤੇ ਇਸ ਮਾਮਲੇ ਦੇ ਤੁਸੀਂ ਪੂਰੀ ਘਟਨਾਕ੍ਰਮ ਦੀ ਜਾਣਕਾਰੀ ਪੁਲਿਸ ਸਟੇਸ਼ਨ 'ਚ ਦਿੱਤੀ ਹੈ ਉੱਥੇ ਕੀ ਹੋਇਆ 112 ਨੰਬਰ ਤੇ ਕਾਲ ਕੀਤੀ ਜੀ ਅਸੀਂ ਜੀ ਉਹਨਾਂ ਨੂੰ ਮੈਂ ਜਾਣਕਾਰੀ ਦਿੱਤੀ ਉਹਨਾਂ ਨੇ ਜੰਡਿਆਲਾ ਗੁਰੂ ਦੇ SHO ਸਾਹਿਬ ਨੂੰ ਭੇਜਿਆ ਆਏ ਮੇਰੇ ਕੋਲ ਉਹਨਾਂ ਨੂੰ ਅਸੀਂ ਪੂਰੀ ਜਾਣਕਾਰੀ ਦਿੱਤੀ ਘਟਨਾ ਤੇ ਆਏ ਉਹਨਾਂ ਨੇ ਉੱਥੋਂ ਜਿਹੜੇ ਗੋਲੀਆਂ ਦੇ ਰੌਂਡ ਸੀ ਸਿੱਕੇ ਸੀ ਉਹਨਾਂ ਨੇ ਉੱਥੋਂ ਇਕੱਠੇ ਕੀਤੇ ਉਹਨਾਂ ਨੂੰ 4 ਖੋਲ ਲੱਭੇ ਉੱਥੋਂ ਜੀ 4 ਖੋਲ ਲੱਭੇ ਬਰਾਮਦ ਕੀਤੇ ਉਹਨਾਂ ਨੇ ਪੂਰੀ ਜਾਣ ਪੀਣ ਫਿਰ ਉਹਨਾਂ ਨੇ ਕਿਹਾ ਸਾਨੂੰ ਕਿ ਤੁਸੀਂ ਸਾਡੇ ਨਾਲ ਥਾਣੇ ਚੱਲੋ ਜੀ ਥਾਣੇ ਜਾ ਕੇ ਇਹਨਾਂ ਨੇ ਉੱਥੇ ਸਾਡੇ ਬਿਆਨ ਵਗੈਰਾ ਲੈ ਉਲਟਾ ਮੇਰੇ ਬਾਉਂਸਰਾਂ ਕੋਲੋਂ ਸਵਾਲ ਪੁੱਛੇ ਗਏ ਉਹਨਾਂ ਨੂੰ ਧਮਕਾਇਆ ਗਿਆ ਡਰਾਇਆ ਗਿਆ ਕਿ ਦੱਸੋ ਤੁਹਾਨੂੰ ਪਤਾ ਹੋਣਾ ਫਾਇਰਿੰਗ ਕਿਹਨੇ ਕੀਤੀ ਤੁਸੀਂ ਆਪ ਤਾਂ ਨਹੀਂ ਕੀਤੀ ਉਹਨਾਂ ਨੂੰ ਸਗੋਂ ਉਲਟਾ ਹੀ ਉਹਨਾਂ ਨੂੰ ਟੋਰਚਰ ਕੀਤਾ ਗਿਆ ਜੀ ਉਹਨਾਂ ਨੂੰ ਵੱਖਰਾ ਫਿਰ ਮੈਂ ਬਿਆਨ ਵਗੈਰਾ ਅਸੀਂ ਲਿਖਾਤੇ ਬਾਅਦ ਦੇ ਵਿੱਚ ਸਾਨੂੰ 3 ਘੰਟੇ ਉਹਨਾਂ ਨੇ ਪਰੇਸ਼ਾਨ ਕੀਤਾ ਬਾਅਦ ਚ ਕਹਿੰਦੇ ਗੱਡੀ ਇੱਥੇ ਡੱਕ ਜਾਓ ਮੈਂ ਨੀ ਗੱਡੀ ਡੱਕਦਾ ਫਿਰ ਅਸੀਂ ਆ ਗਏ ਵਾਪਸ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ ਜੀ ਤੇ ਇਹ ਮਾਮਲਾ ਇਹ ਜਿਹੜਾ ਪੂਰਾ ਮਾਮਲਾਤ ਹੋਇਆ ਇਹ ਸਾਰਾ ਜਿਹੜਾ ਘਟਨਾਕ੍ਰਮ ਹੋਈ ਹੈ ਇਹ ਇਹਦਾ ਸਮਾਂ ਕੀ ਸੀ ਲਗਭਗ ਕਿਸ ਸਮੇਂ ਦੇ ਕਰੀਬ ਤੁਸੀਂ ਦੱਸਿਆ ਕਿ ਕੱਲ੍ਹ ਕ੍ਰਿਸਮਸ ਦੇ ਸੈਲੀਬ੍ਰੇਸ਼ਨ ਤੋਂ ਤੁਸੀਂ ਵਾਪਸ ਆ ਰਹੇ ਸੀ ਰਾਤ ਦਾ ਸਮਾਂ ਸੀ ਬਟ ਕੀ ਸਮਾਂ ਸੀ ਲਗਭਗ ਤਕਰੀਬਨ 8:30 ਦਾ ਟਾਈਮ ਸੀ ਜੀ ਰਾਤੀ 8:30 ਵਜੇ ਜੀ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੋਈ ਸ਼ੱਕ ਹੈ ਕਿਸੇ ਦੇ ਉੱਤੇ ਕਿਉਂਕਿ ਅਗਰ ਕੁਝ ਇਦਾਂ ਦੀ ਹੁੰਦੀ ਹੈ ਕੋਈ ਵਾਰਦਾਤ ਹੁੰਦੀ ਹੈ ਤੇ ਉਸ ਦੇ ਉੱਤੇ ਜ਼ਰੂਰ ਕਿਸੇ ਨਾ ਕਿਸੇ ਦੇ ਸ਼ੱਕ ਜ਼ਰੂਰ ਜਾਂਦਾ ਕਿਉਂਕਿ ਤੁਸੀਂ ਆਪ ਇੱਕ ਫੇਮਸ ਸੈਲੀਬ੍ਰਿਟੀ ਦੇ ਫਾਦਰ ਵੀ ਹੋ ਤੇ ਨਾਲ ਤੁਸੀਂ ਆਪ ਇੱਕ ਬੀਜੇਪੀ ਦੇ ਆਗੂ ਵੀ ਹੋ ਬਿਲਕੁਲ ਜੀ ਸ਼ੱਕ ਤੇ ਹੁਣ ਕੀ ਕਿਸੇ ਨੂੰ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹਾਂ ਬਟ ਪਿਛਲੇ ਐਸੇ ਸਾਲ ਦੇ ਵਿੱਚ 8ਵੇਂ ਮਹੀਨੇ ਦੇ ਵਿੱਚ ਅਸੀਂ 3 ਲੜਕੇ ਮੇਰੇ ਗਨਮੈਨਾਂ ਨੇ ਫੜ ਕੇ ਪੁਲਿਸ ਨੂੰ ਦਿੱਤੇ ਸੀ ਜੋ ਸਾਡੀ ਰੈਕਿੰਗ ਕਰ ਰਹੇ ਸੀ ਜੀ ਉਹਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਇੱਕ ਪਿਸਟਲ 6 ਰਾਉਂਡ ਪੁਲਿਸ ਅੰਮ੍ਰਿਤਸਰ ਦਿਹਾਤੀ ਨੂੰ ਅਸੀਂ ਫੜ ਕੇ ਦਿੱਤੇ ਸੀ ਮੇਰੇ ਗਨਮੈਨਾਂ ਨੇ ਜਿਹਦੇ ਵਿੱਚੋਂ ਇੱਕ ਮੁੰਡਾ ਗੈਂਗਸਟਰ ਸੀ ਜੀ ਉਹ ਜਿਹਦੇ ਕੋਲ ਅਸੀਂ ਪਿਸਟਲ ਬਰਾਮਦ ਕੀਤਾ ਸੀ ਉਹ ਪੁਲਿਸ ਵੱਲੋਂ ਛੱਡ ਦਿੱਤਾ ਗਿਆ
ਜੀ ਜਿਹੜੇ ਦੋ ਲੜਕੇ ਸੀ ਜਿਹੜੇ ਮੋਟਰਸਾਈਕਲ ਤੇ ਰੈਗਿੰਗ ਕਰ ਰਹੇ ਸੀ, ਉਹਨਾਂ ਤੇ ਉਹਨਾਂ ਨੇ FIR ਦਰਜ ਕਰਕੇ ਆਪਣਾ ਵਕੂਆ ਬਣਾ ਕੇ ਉਹਨਾਂ ਨੂੰ ਜੇਲ੍ਹ ਭੇਜਤਾ, ਉਹਨਾਂ ਤੇ ਪਿਸਟਲ ਦੇ ਪਾਤਾ, ਉਹਨਾਂ ਦੇ ਮੋਟਰਸਾਈਕਲ ਪਾਤਾ। ਲੇਕਿਨ ਜਿਹੜਾ ਇੱਕ ਮੇਨ ਮੁਜਰਮ ਸੀ ਜਿਹਦਾ ਨਾਂ ਅਵਤਾਰ ਸਿੰਘ ਬਾਬਾ ਕਰਕੇ ਸੀ, ਕੋਈ ਗੈਂਗਸਟਰ ਜੀ, ਉਹ ਜਿਹਦੇ ਕੋਲ ਅਸੀਂ ਪਿਸਟਲ ਬਰਾਮਦ ਕੀਤਾ, ਉਹ ਇਹਨਾਂ ਨੇ ਬੰਦਾ ਹੀ ਛੱਡਤਾ। ਮੈਨੂੰ ਤਾਂ ਸ਼ੱਕ ਪੈਂਦਾ ਕਿ ਸ਼ਾਇਦ ਉਹੀ ਨਾ ਹੋਵੇ। ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿਹੜਾ ਮੇਨ ਅਕਿਊਜ਼ ਸੀਗਾ, ਜਿਹਦੇ ਤੇ ਤੁਹਾਨੂੰ ਮੇਨ ਸ਼ੱਕ ਸੀਗਾ, ਉਹਨੂੰ ਪੁਲਿਸ ਨੇ ਬਿਨਾਂ ਕਿਸੇ ਕਾਰਵਾਈ ਦੇ ਛੱਡ ਦਿੱਤਾ ਤੇ ਬਾਕੀ ਜਿਹੜੇ ਦੋ ਸੀ ਉਹਨਾਂ ਨੂੰ ਉਹਨਾਂ ਨੇ ਹਿਰਾਸਤ 'ਚ ਲੈ ਕੇ ਅੱਗੇ ਜੇਲ੍ਹ ਭੇਜ ਦਿੱਤਾ। ਜੀ ਬਿਲਕੁਲ ਬਿਲਕੁਲ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਭ ਚੀਜ਼ਾਂ ਕਿਉਂ ਹੋ ਰਹੀਆਂ ਹੈ, ਕਿਉਂ ਕਿਉਂ ਤੁਹਾਡੀ ਸੁਣਵਾਈ ਨਹੀਂ ਹੋ ਰਹੀ, ਕਿਉਂ ਜਿਹੜਾ ਹੈ ਤੁਸੀਂ ਪੁਲਿਸ 'ਚ ਕੰਪਲੇਂਟ ਵੀ ਕੀਤੀ ਹੈ, ਹਾਲੇ ਵੀ ਤੁਸੀਂ ਦੱਸਿਆ ਕਿ ਰਾਤ ਭਰ ਤੁਹਾਨੂੰ ਉੱਥੇ ਬਿਠਾਈ ਰੱਖਿਆ, 3 ਘੰਟੇ ਤੁਹਾਡੇ ਬਿਆਨ ਉੱਥੇ ਲੈਂਦੇ ਰਹੇ, ਪਰ ਅੱਜ ਸਵੇਰ ਤੋਂ ਕੀ ਉਹਨਾਂ ਦੀ ਕਾਰਵਾਈ, ਪੁਲਿਸ ਦੀ ਕੀ ਕਾਰਗੁਜ਼ਾਰੀ, ਕੀ ਕਾਰਵਾਈ ਤੁਹਾਡੇ ਸਾਹਮਣੇ ਆਈ ਹੈ? ਜਦੋਂ ਦੇ SSP ਸਾਹਿਬ ਨਵੇਂ ਆਏ ਹੈ ਇੱਥੇ ਜੀ, ਉਦੋਂ ਤੋਂ ਹੀ ਮੇਰਾ ਬੈਡ ਟਾਈਮ ਚੱਲ ਰਿਹਾ ਜੀ। ਕੋਈ ਮੇਰਾ ਕੰਮ ਨਹੀਂ ਹੋ ਰਿਹਾ, ਕੋਈ ਵੀ ਮੇਰੀ ਸੁਣਵਾਈ ਨਹੀਂ ਹੋ ਰਹੀ। SSP ਸਾਹਿਬ ਨੂੰ ਮੈਂ ਦੱਸ ਰਿਹਾ ਸੀ, 3 ਵਾਰੀ ਇਹਨਾਂ ਨੂੰ ਤਲਾਹ ਦਿੱਤੀ ਅਸੀਂ ਕਿ ਸਾਡੀ ਰੈਗਿੰਗ ਹੋ ਰਹੀ ਆ, ਮੈਨੂੰ ਲੱਗਦਾ ਕਿ ਕੋਈ ਨਾ ਬੰਦੇ ਖਤਰਨਾਕ ਆ, ਕਿਉਂਕਿ ਪਿਛਲੀ ਵਾਰ ਵੀ ਸੀ 23 ਤਰੀਕ ਦੀ ਗੱਲ ਹੈ, ਹਾਲੇ 23 ਤਰੀਕ ਨੂੰ ਜਲੰਧਰ ਗਿਆ ਅਸੀਂ, ਕੋਈ ਗੱਡੀ ਨੇ ਸਾਡਾ ਪਿੱਛਾ ਕੀਤਾ, ਅਸੀਂ ਪੁਲਿਸ ਨੂੰ ਉਹਦਾ ਨੰਬਰ ਵੀ ਦਿੱਤਾ, ਬਟ ਉਹ ਨੰਬਰ ਹੀ ਬਾਈਕ ਦਾ ਨਿਕਲਿਆ ਲੱਗਾ ਗੱਡੀ ਨੂੰ, ਤੇ ਪੁਲਿਸ ਨੂੰ ਚਾਹੀਦਾ ਸੀ ਕਿ ਉਹਦੀ ਵੈਰੀਫਿਕੇਸ਼ਨ ਕਰਦੇ, ਬਟ ਕੋਈ ਵੀ ਇਹਨਾਂ ਨੇ ਕੁਛ ਨੀ ਕੀਤਾ, ਇੱਕ ਮਜ਼ਾਕ ਜਿਹਾ ਬਣਾ ਕੇ ਰੱਖਤਾ ਪੁਲਿਸ ਨੇ। ਮੈਨੂੰ ਲੱਗਦਾ ਕਿ ਇਹਦੇ ਚ ਕੁਛ ਪੁਲਿਸ ਅਧਿਕਾਰੀ ਵੀ ਸ਼ਾਮਿਲ ਆ, ਜੋ ਇਹ ਕੁਛ ਹੋ ਰਿਹਾ ਸ਼ਾਇਦ ਉਹ ਚਾਹੁੰਦੇ ਆ ਕਿ ਪੁਲਿਸ ਵਾਲੇ ਕਿ ਕੁਛ ਇਸ ਤਰ੍ਹਾਂ ਦਾ ਹੋਵੇ। ਪਰ ਜੇਕਰ ਗੱਲ ਕੀਤੀ ਜਾਵੇ ਲਗਾਤਾਰ ਜੇ ਗੱਲ ਕੀਤੀ ਜਾਵੇ, ਪੰਜਾਬ ਦੇ ਮੁੱਖ ਮੰਤਰੀ ਵੀ ਇਹ ਗੱਲ ਕਹਿੰਦੇ ਨੇ ਕਿ ਪੁਲਿਸ ਪੂਰੀ ਮੁਸਤੈਦ ਹੈ, ਹਾਲਾਂਕਿ ਪੰਜਾਬ ਦੇ ਕੁਛ ਹਿੱਸਿਆਂ ਦੇ ਵਿੱਚ ਧਾਰਾ 144 ਵੀ ਲਾ ਦਿੱਤੀ ਗਈ ਹੈ, ਕਿਉਂਕਿ ਪੰਜਾਬ ਦੇ ਹਾਲਾਤ ਕੁਝ ਅਜਿਹੇ ਬਣ ਗਏ ਨੇ ਕਿ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ, ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਅਣਗਹਿਲੀ ਵਰਤੀ ਜਾ ਰਹੀ ਹੈ? ਬਿਲਕੁਲ ਵਰਤੀ ਜਾ ਰਹੀ ਹੈ ਸਾਰੀ ਪੁਲਿਸ ਦੀ ਇਹ ਗਲਤੀ, ਕਿਉਂ ਇਸ ਤਰ੍ਹਾਂ ਬਾਈਕਾਂ ਘੁੰਮਦੀਆਂ ਨੇ, ਬਾਈਕ ਦੇ ਵੇਖੋ, ਬਾਈਕ ਦੇ ਉੱਤੇ ਕੋਈ ਨੰਬਰ ਨਹੀਂ ਸੀ ਲੱਗਾ ਜੀ, ਕੋਈ ਨੰਬਰ ਪਲੇਟ ਨਹੀਂ ਸੀ ਬਾਈਕ ਦੀ, ਕੋਈ ਵੀ ਮੂੰਹ ਬੱਧੇ ਹੋਏ ਸੀ ਲੜਕਿਆਂ ਨੇ ਜੀ, ਮੂੰਹ ਪੂਰੇ ਕਵਰ ਕੀਤੇ ਹੋਏ ਸੀ, ਪਰਨੇ ਬੰਨੇ ਹੋਏ ਸੀ, ਮੂੰਹ ਪੂਰੇ ਕਵਰ ਕੀਤੇ ਹੋਏ ਸੀ। ਜਦੋਂ ਇਸ ਤਰ੍ਹਾਂ ਦਾ ਕੁਛ ਪੁਲਿਸ ਨੂੰ ਕੋਈ ਨੌਜਵਾਨ ਦੇ ਦੇ, ਉਹਨਾਂ ਨੂੰ ਚੈੱਕ, ਉਹਨਾਂ ਨੂੰ ਖਿਲਾਰ ਕੇ ਇਹਨਾਂ ਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ, ਉਹਨਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ, ਉਹਨਾਂ ਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ, ਪਰ ਨਹੀਂ, ਕੁਛ ਨਹੀਂ ਹੋ ਰਿਹਾ ਇਸ ਤਰ੍ਹਾਂ ਦਾ। ਉਹ ਰਾਤੀ ਜਿਹੜੇ ਲੜਕੇ ਆਏ ਸੀ, ਉਹਨਾਂ ਨੇ ਮੂੰਹ ਕਵਰ ਕੀਤੇ ਹੋਏ ਸੀ, ਮੋਟਰਸਾਈਕਲ ਦੇ ਨੰਬਰ ਪਿੱਛੇ ਕੋਈ ਨੰਬਰ ਪਲੇਟ ਨਹੀਂ ਸੀ ਜੀ। ਤੇ ਕਿਸੇ ਤਰੀਕੇ ਨਾਲ ਤੁਹਾਡੇ ਨਾਲ, ਤੁਸੀਂ ਦੱਸਿਆ ਕਿ ਤੁਹਾਡੇ ਦੋ ਬਾਊਂਸਰਸ ਵੀ ਤੁਹਾਡੇ ਨਾਲ ਸੀਗੇ, ਤੁਹਾਡੇ ਐਜ਼ ਅ ਸਿਕਿਉਰਿਟੀ, ਤੁਹਾਡੀ ਸੁਰੱਖਿਆ ਲਈ ਤੁਹਾਡੇ ਨਾਲ ਸੀਗੇ, ਉਹਨਾਂ ਨੇ ਕਿਸੇ ਨੂੰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਕੁਛ ਉਹਨਾਂ ਦੇ ਕਿਉਂ ਦੱਸਿਆ ਕਿ ਤੁਸੀਂ ਦੱਸਿਆ ਕਿ ਉਹਨਾਂ ਨੇ ਇੱਟਾਂ ਵੀ ਮਾਰੀਆਂ ਉਹਨਾਂ ਦੇ, ਬਟ ਕੁਛ ਫੜਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਉਹਨਾਂ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਕਿ ਪੁਲਿਸ ਵਾਲਿਆਂ ਨੂੰ ਤੁਸੀਂ ਫੜਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਕੁਛ ਅਜਿਹੇ ਕੋਈ ਚੀਜ਼ ਹੋਈ ਸੀ ਉਸ ਟਾਈਮ 'ਤੇ, ਕੋਈ ਹੱਥਾਂ ਪਾਈ ਹੋਈ ਹੋਵੇ ਜਾਂ ਕੁਛ ਇੱਦਾਂ? ਐਕਚੁਅਲੀ ਉਹ ਮੁੰਡੇ ਬਾਈਕ ਤੇ ਬੈਠੇ ਬੈਠੇ ਸੀ, ਉਤਰੇ ਨਹੀਂ ਸੀ, ਬੈਠਿਆ ਨਹੀਂ, ਪਿਛਲੇ ਜਿਹੜਾ ਪਿੱਛੇ ਮੁੰਡਾ ਬੈਠਾ ਸੀ, ਲੜਕਾ ਬੈਠਾ ਹੋਇਆ ਸੀ, ਉਹਨੇ ਫਾਇਰਿੰਗ ਆਉਂਦੇ ਇੱਕਦਮ ਹੇਠ ਉੱਤੇ ਹੀ ਉਹਨੇ ਫਾਇਰ ਕੀਤੇ ਆ। ਜਦੋਂ ਇਹ ਫਾਇਰ ਚੱਲਦੇ ਫਾਇਰਾਂ ਦੇ ਵਿੱਚ ਬੌਨਸਰ ਨੇ ਫੜ ਕੇ ਇੱਟ ਉਹਦੇ ਮਾਰੀ ਆ, ਫਿਰ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਜੀ। ਅਗਰ ਉੱਥੇ ਥੋੜਾ ਟਾਈਮ ਰੁਕਦੇ ਸ਼ਾਇਦ ਉਹਨਾਂ ਨੂੰ ਇਹ ਫੜਨ ਦੀ ਕੋਸ਼ਿਸ਼ ਕਰਦੇ, ਪਰ ਹੋ ਸਕਦਾ ਸੀ ਕਿ ਇਹ ਮੇਰੇ ਬੌਨਸਰ ਦੇ ਗੋਲੀ ਲੱਗ ਜਾਂਦੀ ਜੀ। ਜੀ ਤੇ ਕੁਛ ਪਤਾ ਚੱਲਿਆ ਜੀ ਕਿਹੜਾ ਹਥਿਆਰ ਸੀਗਾ, ਕਿਉਂਕਿ ਤੁਸੀਂ ਕਿਹਾ ਕਿ ਪੁਲਿਸ ਨੇ ਗੋਲੀਆਂ ਦੇ ਖੋਲ ਜਿਹੜੇ ਉਹ ਬਰਾਮਦ ਕੀਤੇ ਨੇ, ਕੁਛ ਪਤਾ ਲੱਗਾ ਕਿ ਕਿਹੜੀ ਕਿਸ ਤਰੀਕੇ ਦਾ ਹਥਿਆਰ ਸੀ, ਕਿਸ ਟਾਈਪ ਦਾ ਹਥਿਆਰ ਸੀ? ਨਹੀਂ, ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ, ਮੈਨੂੰ ਇੰਨਾ ਕੁ ਪਤਾ ਸੀ ਕਿ ਉਹਨਾਂ ਨੇ ਪਿਸਟਲ ਨਾਲ ਫਾਇਰ ਕੀਤੇ ਉਹਨਾਂ ਨੇ ਜੀ। ਤੇ ਹੁਣ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿਸ ਅੱਗੇ ਕਿਸ ਤਰੀਕੇ ਨਾਲ ਕਾਰਵਾਈ ਕਰਵਾਓਗੇ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਪੁਲਿਸ ਤੁਹਾਡੀ ਹਾਲੇ ਸੁਣਵਾਈ ਨਹੀਂ ਕਰ ਰਹੀ ਹੈ? ਬਿਲਕੁਲ, ਅਸੀਂ ਕੱਲ ਸੋਮਵਾਰ ਵਾਲੇ ਦਿਨ ਕੱਲ ਨੂੰ ਅਸੀਂ SSP ਦਾ ਘਰਾਓ ਕਰ ਰਹੇ ਹਾਂ ਜੀ, ਤੇ ਕੱਲ ਪ੍ਰਦਰਸ਼ਨ ਕਰਾਂਗੇ SSP ਦਫ਼ਤਰ ਅੰਮ੍ਰਿਤਸਰ ਦੇ ਅੱਧੀ ਜੀ, ਅੰਮ੍ਰਿਤਸਰ ਦੇਹਾਤੀ SSP ਦਫ਼ਤਰ ਦੇ ਘਿਰਾਓ ਕਰੋਗੇ, ਠੀਕ ਹੈ। ਸੋ ਸੰਤੋਖ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਜਿਹੜੀ ਜਾਣਕਾਰੀ ਸਾਨੂੰ ਦਿੱਤੀ ਹੈ, ਆਪਾਂ ਉਮੀਦ ਕਰਾਂਗੇ ਤੁਹਾਡੀ ਸਿਹਤ ਜਿਹੜੀ ਹੈ ਉਹ ਸਹੀ ਰਹੇ, ਅਤੇ ਜੋ ਤੁਹਾਡੀ ਸੁਣਵਾਈ ਆ ਉਹ ਹੋ ਸਕੇ। ਬਹੁਤ ਬਹੁਤ ਧੰਨਵਾਦ ਸਕਾਈ ਨਿਊਜ਼ ਪੰਜਾਬ ਦੇ ਨਾਲ ਗੱਲ ਕਰਨ ਲਈ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਸੰਤੋਖ ਸਿੰਘ ਸੁੱਖ, ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਕੱਲ੍ਹ ਉਹਨਾਂ 'ਤੇ ਹਮਲਾ ਹੋਇਆ, ਉਹਨਾਂ ਦਾ ਕਹਿਣਾ ਕਿ ਦੋ ਹਮਲਾਵਰਾਂ ਨੇ ਉਹਨਾਂ 'ਤੇ ਹਮਲਾ ਕੀਤਾ, ਅਤੇ ਜਿਸ ਤੋਂ ਬਾਅਦ ਹਮਲਾ ਹੋਣ ਤੋਂ ਬਾਅਦ ਉਹ ਦੋ ਹਮਲਾਵਰ ਉੱਥੋਂ ਫਰਾਰ ਹੋ ਗਏ, ਹਾਲਾਂਕਿ ਇਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਉੱਥੇ ਦੀ ਪੁਲਿਸ ਨੂੰ ਵੀ ਦਿੱਤੀ, ਪਰ ਸੰਤੋਖ ਸਿੰਘ ਸੁੱਖ ਦਾ ਇਹ ਗੱਲ ਕਹਿਣਾ ਹੈ ਕਿ ਉੱਥੇ ਦੀ ਪੁਲਿਸ ਜਿਹੜੀ ਹੈ ਉਹਨਾਂ ਦਾ ਸਾਥ ਨਹੀਂ ਦੇ ਰਹੀ ਹੈ, ਜਿਸ ਦੇ ਚੱਲਦਿਆਂ ਕੱਲ੍ਹ ਉਹ SSP ਦੇਹਾਤੀ ਅੰਮ੍ਰਿਤਸਰ ਦਾ ਘੇਰਾਵ ਵੀ ਕਰਨਗੇ।
नवे तो लेटेस्ट अपडेट के लिए बने रहो स्काई न्यूज़ पंजाब के नाल।